कुछ फिल्मां ना थोनू सुन कर दिंदियां आ ओ फिल्म आ इन्हें बस मैनू आए नंब कीता होया मेरे को मैनू सच्ची नहीं पता कि मैं इहदे तों की एक्सपेक्ट करना जिवें मैनू अंग्रेज तो नहीं पता सी कि मैं की एक्सपेक्ट करना जदों आपां इनफैक्ट किस्मत भी की मैनू नहीं पता सी कि आपां की एक्सपेक्ट करना मैनू पता सी कि आपां की कर लिया है ना आपां आपस च जदों गल करदे सी आपां कहिंदे सी ओ माई गॉड सानू समझ नहीं आता सी कि ऑडियंस नू साडी गल समझ आऊगी आऊगी आई थिंक मैं हुणे ओ वाले फेज च हां ਕਹਿੰਦਾ ਕਿ ਜਦੋਂ ਆਡੀਅੰਸ ਬਾਹਰ ਨਿਕਲੂਗੀ ਤਾਂ ਉਹ ਇਮੋਸ਼ਨ ਤੁਹਾਡੇ ਅੰਦਰ ਰਹੂਗਾ, ਤੁਸੀਂ ਉਹਨੂੰ ਕੱਢ ਨਹੀਂ ਪਾਓਗੇ। ਹਾਂ ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਚੈਨਲ ਪੰਜਾਬੀ ਟੇਸ਼ਨ ਤੇ ਮੈਂ ਜੱਸੀ ਬੜੈਸ ਤੇ ਦੋਸਤੋ ਅਸੀਂ ਹਾਜ਼ਰ ਹਾਂ ਪੰਜਾਬੀ ਸਿਨੇਮੇ ਦੇ ਨਾਲ ਜੁੜੀ ਹੋਈ ਇੱਕ ਹੋਰ ਜਾਣਕਾਰੀ ਦੇ ਨਾਲ। ਬਹੁਤ ਸਾਰੀਆਂ ਪੰਜਾਬੀ ਫਿਲਮਾਂ ਰਿਲੀਜ਼ ਹੁੰਦੀਆਂ ਨੇ, ਬਹੁਤ ਘੱਟ ਫਿਲਮਾਂ ਇਦਾਂ ਦੀਆਂ ਹੁੰਦੀਆਂ ਨੇ ਕਿ ਜਿਨ੍ਹਾਂ ਫਿਲਮਾਂ ਦੇ ਨਾਲ ਸਾਨੂੰ ਮੋਹ ਹੋ ਜਾਂਦਾ ਤੇ ਉਹ ਮੋਹ ਇਸ ਹੱਦ ਤੱਕ ਹੋ ਜਾਂਦਾ ਕਿ ਉਹ ਮੋਹ ਸਾਡੇ ਹੱਡਾਂ ਦੇ ਵਿੱਚ ਰਚ ਜਾਂਦਾ। ਦੋਸਤੋ ਬਹੁਤ ਸਾਰੀਆਂ ਫਿਲਮਾਂ ਹਿੱਟ ਹੁੰਦੀਆਂ ਨੇ, ਬਹੁਤ ਸਾਰੀਆਂ ਫਿਲਮਾਂ ਸੁਪਰ ਡੂਪਰ ਹਿੱਟ ਹੁੰਦੀਆਂ ਨੇ, ਬਹੁਤ ਫਿਲਮਾਂ ਜਿਹੜੀਆਂ ਸੁਪਰ ਡੂਪਰ ਹਿੱਟ ਹੁੰਦੀਆਂ ਨੇ ਔਰ ਬਹੁਤ ਘੱਟ ਫਿਲਮਾਂ ਇਹੋ ਜਿਹੀਆਂ ਹੁੰਦੀਆਂ ਨੇ ਕਿ ਜਿਨ੍ਹਾਂ ਨੂੰ ਦੁਬਾਰਾ ਸਿਨੇਮੇ ਦੇ ਵਿੱਚ ਰਿਲੀਜ਼ ਕੀਤਾ ਜਾਂਦਾ। ਮੇਰੇ ਜ਼ਿਹਨ ਦੇ ਵਿੱਚ ਕੇਵਲ ਤੇ ਕੇਵਲ ਇੱਕ ਫਿਲਮ ਦਾ ਨਾਂ ਆ ਰਿਹਾ, ਚੰਨ ਪਰਦੇਸੀ, ਕਿ ਕਈ ਦਹਾਕਿਆਂ ਬਾਅਦ ਉਸ ਫਿਲਮ ਨੂੰ ਦੁਬਾਰਾ ਸਿਨੇਮੇ ਦੇ ਵਿੱਚ ਰਿਲੀਜ਼ ਕੀਤਾ ਗਿਆ ਸੀ। ਅਤੇ ਜੇ ਅੱਜ ਦੇ ਸਮੇਂ ਦੀ ਗੱਲ ਕਰ ਲਈਏ ਤਾਂ ਅੱਜ ਦੇ ਸਮੇਂ ਦੇ ਵਿੱਚ ਕੁਝ ਇੱਦਾਂ ਨਹੀਂ ਹੋਇਆ ਕਿ ਕਿਸੇ ਫਿਲਮ ਨੂੰ ਦੁਬਾਰਾ ਸਿਨੇਮੇ ਦੇ ਵਿੱਚ ਰਿਲੀਜ਼ ਇਸ ਕਰਕੇ ਕੀਤਾ ਜਾਵੇ ਕਿਉਂਕਿ ਆਡੀਅੰਸ ਦੀ ਡਿਮਾਂਡ ਹੋਵੇ। ਜਿਸ ਤਰੀਕੇ ਨਾਲ ਤੁਹਾਨੂੰ ਮੈਂ ਜ਼ਿਕਰ ਕੀਤਾ ਕਿ ਕੁਝ ਫਿਲਮਾਂ ਇਹੋ ਜਿਹੀਆਂ ਹੁੰਦੀਆਂ ਨੇ ਕਿ ਜਿਨ੍ਹਾਂ ਫਿਲਮਾਂ ਦੇ ਨਾਲ ਸਾਨੂੰ ਮੋਹ ਹੋ ਜਾਂਦਾ। ਸੋ ਦੋਸਤੋ ਉਹ ਫਿਲਮ ਕੋਈ ਹੋਰ ਨਹੀਂ, ਉਹ ਫਿਲਮ ਹੈ ਜੀ ਮੋਹ। ਦੋਸਤੋ 16 ਸਤੰਬਰ 2022 ਨੂੰ ਫਿਲਮ ਰਿਲੀਜ਼ ਹੋਈ। ਫਿਲਮ ਨੂੰ ਰਿਲੀਜ਼ ਹੁੰਦਿਆਂ ਹੀ ਆਡੀਅੰਸ ਨੇ ਇੰਨਾ ਕੁ ਜ਼ਿਆਦਾ ਫਿਲਮ ਨੂੰ ਪਿਆਰ ਦਿੱਤਾ ਕਿ ਸਾਰਿਆਂ ਨੇ ਉਸ ਫਿਲਮ ਨੂੰ ਮੋਹ ਕੀਤਾ। ਇੱਕ ਇਹੋ ਜਿਹੀ ਪਿਆਰ ਦੀ ਕਹਾਣੀ ਸੀ ਕਿ ਜਿਹਨੂੰ ਸੁਣਦਿਆਂ ਜਿਹਨੂੰ ਵੇਖਦਿਆਂ ਸਾਡੇ ਰੌਂਗਟੇ ਖੜ੍ਹੇ ਹੋ ਜਾਂਦੇ ਸੀਗੇ। ਉਸ ਕਹਾਣੀ ਦੇ ਵਿੱਚ ਜਾਨ ਪਾਉਣ ਦੇ ਲਈ ਗੀਤਾਜ ਵਿਦਰਖੀਆ ਹੋਰਾਂ ਨੇ ਦਿਲ ਔਰ ਜਾਨ ਤੋਂ ਫਿਲਮ ਦੇ ਵਿੱਚ ਕੰਮ ਕੀਤਾ। ਸਰਗੁਣ ਮਹਿਤਾ ਦੇ ਨਾਲ ਇਹੋ ਜਿਹੀ ਜੋੜੀ ਬਣਾਈ ਕਿ ਅੱਜ ਵੀ ਉਹ ਜੋੜੀ ਸੁਰਖੀਆਂ ਦੇ ਵਿੱਚ ਹੈ, ਹਰ ਇੱਕ ਦੇ ਬੁੱਲਾਂ 'ਤੇ ਉਸ ਜੋੜੀ ਦਾ ਨਾਮ ਆਉਂਦਾ। ਸੋ ਉਸ ਕਹਾਣੀ ਦੇ ਵਿੱਚ ਜਾਨ ਪਾਉਣ ਦੇ ਵਿੱਚ ਕੋਈ ਵੀ ਕਸਰ ਨਹੀਂ ਛੱਡੀ ਸੀ ਜਗਦੀਪ ਸਿੱਧੂ ਹੋਰਾਂ ਨੇ। ਇਹੋ ਜਿਹੀ ਕਹਾਣੀ, ਇਹੋ ਜਿਹੀ ਡਾਇਰੈਕਸ਼ਨ ਕੀਤੀ, ਇਹੋ ਜਿਹੀ ਕਮਾਲ ਦੀ ਕਹਾਣੀ ਲੈ ਕੇ ਆਏ ਕਿ ਪੰਜਾਬੀ ਸਿਨੇਮੇ ਦੇ ਵਿੱਚ ਵਾਹ ਵਾਹ ਹੋਣ ਲੱਗੀ, ਕਿਹਾ ਜਾਣ ਲੱਗਿਆ ਕਿ ਇਹੋ ਜਿਹੀਆਂ ਪੰਜਾਬੀ ਫਿਲਮਾਂ ਦੀ ਸਾਡੇ ਪੰਜਾਬੀ ਸਿਨੇਮੇ ਨੂੰ ਬਹੁਤ ਜ਼ਿਆਦਾ ਲੋੜ ਆ। ਅਤੇ ਉਸ ਫਿਲਮ ਨੂੰ ਹੋਰ ਅੱਗੇ ਚੱਲਦਿਆਂ, ਉਸ ਫਿਲਮ ਦੇ ਵਿੱਚ ਹੋਰ ਜਾਣ ਪਾਉਂਦਿਆਂ, ਫਿਲਮ ਦਾ ਮਿਊਜ਼ਿਕ ਇੰਨਾ ਕੁ ਕਮਾਲ ਦਾ ਸੀਗਾ ਕਿ ਸਾਨੂੰ ਕਹਾਣੀ ਦੇ ਨਾਲ ਜੋੜੀ ਰੱਖਿਆ ਮਿਊਜ਼ਿਕ ਨੇ ਅਤੇ ਗੀਤਾਂ ਨੇ। ਸੋ ਦੋਸਤੋ ਬੀ ਪ੍ਰੈਕ ਅਤੇ ਜਾਨੀ ਹੋਰਾਂ ਨੇ ਬਹੁਤ ਕਮਾਲ ਦਾ ਮਿਊਜ਼ਿਕ ਕੀਤਾ ਅਤੇ ਕਮਾਲ ਦੇ ਗਾਣੇ ਜਿਹੜੇ ਫਿਲਮ ਦੇ ਵਿੱਚ ਪਰੋਏ ਗਏ, ਜੋ ਕਿ ਕਹਾਣੀ ਤੋਂ ਇੰਚ ਵੀ ਇੱਧਰ ਉੱਧਰ ਨਹੀਂ ਸੀ ਜਾ ਰਹੇ, ਬਲਕਿ ਸਾਨੂੰ ਉਹ ਗੀਤ ਕਹਾਣੀ ਦੇ ਨਾਲ ਜੋੜੀ ਰੱਖਦੇ ਸੀ। ਸੋ ਦੋਸਤੋ ਹੁਣ ਮੈਂ ਖਾਸ ਗੱਲ ਤੁਹਾਡੇ ਨਾਲ ਇਹ ਸਾਂਝੀ ਕਰਨ ਜਾ ਰਿਹਾ ਕਿ ਜਦੋਂ ਇਹ ਫਿਲਮ ਰਿਲੀਜ਼ ਹੋਈ, ਫਿਲਮ ਰਿਲੀਜ਼ ਹੁੰਦਿਆਂ ਬਹੁਤ ਸਮੇਂ ਤੱਕ ਫਿਲਮ ਸਿਨੇਮੇ ਘਰਾਂ ਦਾ ਸ਼ਿੰਗਾਰ ਰਹੀ ਅਤੇ ਹੁਣ ਤੱਕ ਲੋਕਾਂ ਦੇ ਇਹੋ ਜਿਹੇ ਕਮੈਂਟਸ ਆਉਂਦੇ ਸੀਗੇ ਫਿਲਮ ਨੂੰ ਲੈ ਕੇ ਕਿ ਫਿਲਮ ਨੂੰ OTT 'ਤੇ ਕਦੋਂ ਰਿਲੀਜ਼ ਕੀਤਾ ਜਾਏਗਾ। ਸੋ ਸਾਰਿਆਂ ਦਾ ਸਾਡਾ ਇੱਕੋ ਸਵਾਲ ਹੁੰਦਾ ਸੀ ਕਿ ਅਸੀਂ ਫਿਲਮ ਨੂੰ ਵੇਖ ਚੁੱਕੇ ਹਾਂ ਪਰ ਸਾਡਾ ਹਲੇ ਵੀ ਮਨ ਨਹੀਂ ਭਰਿਆ, ਅਸੀਂ ਇਸ ਫਿਲਮ ਨੂੰ ਦੁਬਾਰਾ ਵੇਖਣਾ ਚਾਹੁੰਦੇ ਹਾਂ, ਕਿਉਂਕਿ ਦੁਬਾਰਾ ਵੇਖਣ ਦਾ ਇੱਕੋ ਜ਼ਰੀਆ ਹੁੰਦਾ ਕਿ ਫਿਲਮ OTT 'ਤੇ ਰਿਲੀਜ਼ ਹੋਵੇ। ਸਾਰਿਆਂ ਦੀ ਡਿਮਾਂਡ ਸੀ ਕਿ ਫਿਲਮ OTT 'ਤੇ ਕਦੋਂ ਰਿਲੀਜ਼ ਹੋਏਗੀ, ਪਰ ਜਗਦੀਪ ਸਿੱਧੂ ਹੋਰਾਂ ਨੇ ਇਸ ਗੱਲ ਦਾ ਜਵਾਬ ਦਿੰਦਿਆਂ ਕਿਹਾ ਹੈ ਕਿ ਇਹ ਫਿਲਮ OTT 'ਤੇ ਨਹੀਂ ਰਿਲੀਜ਼ ਹੋਏਗੀ, ਇਹ ਫਿਲਮ ਸਿਨੇਮੇ ਘਰਾਂ ਦੇ ਵਿੱਚ ਦੁਬਾਰਾ ਰਿਲੀਜ਼ ਹੋਏਗੀ। ਬਿਲਕੁਲ ਤੁਸੀਂ ਠੀਕ ਸੁਣਿਆ, ਇਹ ਫਿਲਮ ਦੁਬਾਰਾ ਸਿਨੇਮੇ ਘਰਾਂ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਜੀ। ਸਾਡੀ ਸਾਰਿਆਂ ਦੀ ਮਨਪਸੰਦੀ ਦੀ ਫਿਲਮ, ਜਿਹਨੂੰ ਕਿ ਅਸੀਂ ਦਿਲ ਔਰ ਜਾਨ ਤੋਂ ਮੋਹ ਕੀਤਾ, ਜਿਹਦਾ ਮੋਹ ਸਾਡੇ ਹੱਡਾਂ ਦੇ ਵਿੱਚ ਰਚਿਆ, ਉਸ ਮੋਹ ਨੂੰ ਅਸੀਂ ਦੁਬਾਰਾ ਸਿਨੇਮੇ ਘਰਾਂ ਦੇ ਵਿੱਚ ਫਿਰ ਵੇਖਾਂਗੇ। ਦੋਸਤੋ ਬਹੁਤ ਜਲਦੀ ਇਸ ਫਿਲਮ ਦੀ ਰਿਲੀਜ਼ਿੰਗ ਡੇਟ ਆਪਾਂ ਤੁਹਾਡੇ ਸਾਰਿਆਂ ਦੇ ਨਾਲ ਸਾਂਝੀ ਕਰਾਂਗੇ, ਪਰ ਜਦੋਂ ਦੀ ਇਹ ਜਾਣਕਾਰੀ ਸਾਨੂੰ ਸੁਣਨ ਨੂੰ ਮਿਲਿਆ ਤੇ ਸਾਡਾ ਚਾਅ ਬਹੁਤ ਜ਼ਿਆਦਾ ਇਸ ਫਿਲਮ ਦੇ ਪ੍ਰਤੀ, ਸਾਡੀਆਂ ਇੱਛਾਵਾਂ ਨੇ ਕਿ ਅਸੀਂ ਇਸ ਫਿਲਮ ਨੂੰ ਬਹੁਤ ਜਲਦੀ ਸਿਨੇਮੇ ਘਰਾਂ ਦੇ ਵਿੱਚ ਜਾ ਕੇ ਵੇਖੀਏ। ਸੋ ਦੋਸਤੋ ਜਦੋਂ ਵੀ ਫਿਲਮ ਦੀ ਕੋਈ ਰਿਲੀਜ਼ਿੰਗ ਡੇਟ ਸਾਡੇ ਤੱਕ ਆਉਂਦੀ ਆ, ਅਸੀਂ ਸਭ ਤੋਂ ਪਹਿਲਾਂ ਤੁਹਾਡੇ ਨਾਲ ਸਾਂਝੀ ਕਰਾਂਗੇ। ਉਦੋਂ ਤੱਕ ਲਈ ਬਹੁਤ ਸਾਰੀਆਂ ਕਮਾਲ ਦੀਆਂ ਖੂਬਸੂਰਤ ਜਿਹੀਆਂ ਫਿਲਮਾਂ ਦਾ ਆਨੰਦ ਮਾਣਦੇ ਰਹੋ। ਧੰਨਵਾਦ।